सेक्टर 39 गलाडा ग्राउंड वर्धमान मिल के सामने उत्थे नौ दुकानां लगदियां उन्हां दा ड्रा कढ़िया गया। साड़ियाँ पांच टोटल दुकाना निकलियाँ, पंजे दे पंजियाँ साड़े मार्केट दे ग्रुप दियाँ निकलियाँ ने जी, साड़ी मार्केट ही उत्थे लगांदी है। ये ट्रांसपेरेंट इवें सी भी सारे जान लगे, कई बार इत्थे विवाद हुंदे रहे हैं पर जान लगे है कि थैंक यू कह के गए हैं सारे, भी सारे ट्रांसपेरेंट है। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਰੈੱਡ ਕਰਾਸ ਵਿਖੇ ਕੁਛ ਸਾਡੇ ਔਫਨੇਜਸ ਸੀਗੀਆਂ, ਹੋਮ ਸੀਗੇ, ਉੱਥੇ ਜਾ ਕੇ ਕੁਛ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਗਈਆਂ ਸੀਗੀਆਂ। ਇਸ ਪ੍ਰਥਾ ਨੂੰ ਅਸੀਂ ਇਸ ਸਾਲ ਕਾਇਮ ਰੱਖਾਂਗੇ। ਮੇਰਾ ਨਾਮ ਰਾਹੁਲ ਮਲਹੋਤਰਾ ਜੀ। ਸੈਕਟਰ 39 ਗਲਾਡਾ ਗਰਾਊਂਡ ਵਰਧਮਾਨ ਮਿਲ ਦੇ ਸਾਹਮਣੇ ਉੱਥੇ ਨੌ ਦੁਕਾਨਾਂ ਲੱਗਦੀਆਂ, ਉਹਨਾਂ ਦਾ ਡਰਾ ਕੱਢਿਆ ਗਿਆ। ਤੁਹਾਡੇ ਕਿੰਨੇ ਡਰਾ? ਹਾਂਜੀ ਤੁਹਾਡੇ ਕਿੰਨੇ ਡਰਾ ਪਾਏ ਸੀ? ਡਰਾ ਇੱਕ ਹੀ ਪਾਇਆ ਸੀਗਾ ਜੀ, ਇੱਕ ਹੀ ਨਿਕਲਾ ਜੀ, ਬਾਕੀ ਆਪਣੇ ਦੋਸਤਾਂ ਦੇ ਵੀ ਨਿਕਲ ਆਏ ਜਿਹੜੇ ਆਪਣੇ ਸਾਥੀ ਵਪਾਰੀ ਹੈ। ਹਾਂਜੀ ਹਾਂਜੀ ਨਹੀਂ ਜੀ ਨਹੀਂ, 20 ਸਾਲ ਤੋਂ ਕੰਮ ਕਰ ਰਹੇ ਹਾਂ ਜੀ। ਤੇ ਸਰ ਜਿਹੜਾ ਅੰਦਰ ਡਰਾ ਕੱਢਿਆ ਗਿਆ ਸਹੀ ਤਰੀਕੇ 100% ਪਾਰਦਰਸ਼ੀ ਤਰੀਕੇ ਨਾਲ ਕੱਢਿਆ ਗਿਆ ਜੀ, ਅੱਜ ਤੱਕ ਦਾ ਬੈਸਟ ਆਫ ਆਲ ਹੈ ਜੀ। ਆਪਣੇ ਜਿਹੜੇ ਕਮਿਸ਼ਨਰ ਮਨਦੀਪ ਸਿੱਧੂ ਜੀ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਸੁਰਵੀ ਮਲਿਕ ਜੀ, ਬਹੁਤ ਅੱਛਾ ਕੰਮ ਕਿਨਾਂ ਨਾਲ ਕੀਤਾ ਇਹਨਾਂ ਨੇ, ਕਿਸੇ ਤਰ੍ਹਾਂ ਦੀ ਬਿਲਕੁਲ ਬੇਈਮਾਨੀ ਨੂੰ ਰੋਕਦੇ ਹੋਏ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਡਰਾ ਕੱਢਿਆ ਗਿਆ ਤੇ ਸਾਰੀ ਜਨਤਾ 'ਚ ਬਹੁਤ ਖੁਸ਼ ਹੈ। ਤੁਹਾਡੇ ਵੱਲੋਂ ਸੰਤੁਸ਼ਟੀ ਹੈ? ਹਾਂਜੀ ਹਾਂਜੀ 100% ਸੰਤੁਸ਼ਟੀ ਹੈ ਜੀ। ਹੈਪੀ ਦੀਵਾਲੀ ਸਭ ਨੂੰ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪਣੇ ਲੁਧਿਆਣਾ ਸ਼ਹਿਰ ਦੇ ਸਾਰੇ ਪ੍ਰਸ਼ਾਸਨ ਦਾ। ਪੁਲਿਸ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਔਰ ਫਾਈਲਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਚੈੱਕ ਕਰਕੇ ਤੇ ਉਹਨਾਂ ਦਾ ਡਰਾ ਕੱਢਿਆ ਗਿਆ, ਅਸੀਂ ਸਾਰੇ ਬਹੁਤ ਸੈਟੀਸਫਾਈਡ ਹਾਂ ਜੀ। ਚਲੋ ਠੀਕ ਹੈ, ਠੀਕ ਹੈ ਸਰ। ਅੱਜ ਜਿਹੜੀ ਤੁਸੀਂ ਵੋਟ ਪਾਈ ਸੀਗੀ ਡਰਾ ਤੇ ਨਿਕਲਿਆ ਤਾਂ ਕੀ ਕਹਿਣਾ ਚਾਹੁੰਦੇ? ਡਰਾ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਕੱਢਿਆ ਜੀ, ਟਾਈਮ ਸਿਰ ਸਾਨੂੰ ਦੁਕਾਨਾਂ ਦੇ ਰਹੇ ਆ, ਟਾਈਮ ਸਿਰ ਅਸੀਂ ਆਪਣਾ ਕੰਮ ਕਰਨ ਵਾਲੇ ਬਣਾਂਗੇ। ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਕਿੰਨੀਆਂ ਦੁਕਾਨਾਂ ਨਿਕਲੀਆਂ ਜੀ ਟੋਟਲ? ਸਾਡੀਆਂ ਪੰਜ ਟੋਟਲ ਦੁਕਾਨਾਂ ਨਿਕਲੀਆਂ, ਪੰਜੇ ਦੇ ਪੰਜੀਆਂ ਸਾਡੇ ਮਾਰਕੀਟ ਦੇ ਗਰੁੱਪ ਦੀਆਂ ਨਿਕਲੀਆਂ ਨੇ ਜੀ, ਸਾਡੀ ਮਾਰਕੀਟ ਹੀ ਉੱਥੇ ਲਗਾਉਂਦੀ ਹੈ। ਅਸੀਂ 12-11 ਮੈਂਬਰ ਕੰਮ ਕਰਦੇ ਹਾਂ, ਸਾਰੇ ਦੇ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ। ਕਿੰਨੇ ਸਾਲਾਂ ਤੋਂ ਕਰ? ਮਾਡਲ ਟਾਊਨ ਜੀ। ਕਿੰਨੇ ਸਾਲਾਂ ਤੋਂ ਕਰ? ਪਿਛਲੇ 22 ਸਾਲਾਂ ਤੋਂ ਕੰਮ ਕਰਦੇ ਆ ਰਿਹਾ ਜੀ। ਪਹਿਲਾਂ ਪੱਖੋਵਾਲ ਰੋਡ ਤੇ ਨਿਕਲਦੀਆਂ ਸੀ ਦੁਕਾਨਾਂ ਜੀ, ਹੁਣ ਮਾਡਲ ਟਾਊਨ ਨਾਲ ਰਲਾਤੀ ਹੈ। ਤੇ ਪ੍ਰਸ਼ਾਸਨ ਦੀ ਭੂਮਿਕਾ ਕਿੱਦਾਂ ਰਹੀ ਹੈ? ਪ੍ਰਸ਼ਾਸਨ ਬਹੁਤ ਵਧੀਆ ਕੰਮ ਕੀਤਾ ਜੀ, ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਬਦੇ ਮਤਲਬ ਸੱਚੇ ਤਰੀਕੇ ਨਾਲ ਕੰਮ ਕੀਤਾ ਜੀ। ਬਿਲਕੁਲ ਸੈਟੀਸਫਾਈਡ ਹੈ ਜੀ, ਡੀਸੀ ਮੈਡਮ ਦਾ, ਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ। ਸਪੈਸ਼ਲੀ ਧੰਨਵਾਦ ਹੈ ਜਿਹੜੇ ਅਸਲਾ ਬ੍ਰਾਂਚ ਵਾਲੇ, ਜਿਹੜੇ ACB ਲਾਇਸੈਂਸ ਤੇ ਆਪਣੇ ਜਿਹੜੇ ਫਾਈਲਾਂ ਵੇਚਦੇ ਨੇ ਗੁਰਪ੍ਰੀਤ ਸਿੰਘ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਹੈ ਕਿਉਂਕਿ ਸਾਰਾ ਜਿਹੜਾ ਵੱਡਾ ਕੰਮ ਕਰਨਾ ਸੌਖਾ ਨਹੀਂ ਹੁੰਦਾ, ਜੋ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ ਜੀ। ਪੰਜ ਸਾਈਟਸ, ਸੈਕਟਰ 39 ਲੁਧਿਆਣਾ, ਗਲਾਡਾ ਗਰਾਊਂਡ ਡੁਗਰੀ, ਇੰਪਰੂਵਮੈਂਟ ਟਰੱਸਟ ਮਾਡਲ ਟਾਊਨ, ਚਾਰਾ ਮੰਡੀ ਹੰਬੜਾ ਰੋਡ ਤੇ ਲੋਧੀ ਕਲੱਬ ਰੋਡ ਸਾਈਡ। ਨਹੀਂ ਕਹਿਣਾ ਕੁਛ ਨਹੀਂ ਜੀ, ਬੜੇ ਟ੍ਰਾਂਸਪੇਰੈਂਟ। ਮੈਨੂੰ ਲੱਗਦਾ ਵੀ ਜਿਹੜਾ ਅਸੀਂ ਫੇਅਰ ਜਿਹੜਾ ਸਿਸਟਮ ਅਸੀਂ ਵਰਕ ਕਰਦੇ ਹਾਂ ਉਸੇ ਦੇ ਵਿੱਚ ਹੀ ਅੱਜ, ਅਤੇ ਟ੍ਰਾਂਸਪੇਰੈਂਟ ਇਵੇਂ ਸੀ ਵੀ ਸਾਰੇ ਜਾਣ ਲੱਗੇ, ਕਈ ਵਾਰੀ ਇੱਥੇ ਵਿਵਾਦ ਹੁੰਦੇ ਰਹੇ ਆ ਪਰ ਜਾਣ ਲੱਗੇ ਕਿ ਥੈਂਕ ਯੂ ਕਹਿ ਕੇ ਗਏ ਆ ਸਾਰੇ, ਵੀ ਸਾਰੇ ਟ੍ਰਾਂਸਪੇਰੈਂਟ ਹੈ। ਅਤੇ ਮੈਨੂੰ ਹੁਣ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਵੀ ਰੂਲਸ ਹੈ ਜਿਹੜੇ ਉਹਨੂੰ ਫੋਲੋ ਕਰਨਗੇ, ਤਾਂ ਕਿ ਆਪਾਂ ਜਿਹੜਾ ਆਉਣ ਵਾਲਾ ਦੀਵਾਲੀ ਦਾ ਤਿਉਹਾਰ ਹੈ ਪੂਰਾ ਸੇਫਟੀ ਅਤੇ ਸਿਕਿਉਰਿਟੀ ਨਾਲ ਮਨਾ ਸਕੇ। ਜਿਹੜੇ ਦੁਕਾਨਦਾਰਾਂ ਦੇ ਨਿਕਲੇ ਉਹ ਬੜੇ ਖੁਸ਼ ਹੋ ਕੇ ਗਏ, ਕਹਿੰਦੇ ਪਹਿਲੀ ਵਾਰੀ ਜਿਹੜਾ ਇਸ ਦਾ ਸ਼ਾਂਤੀਪੂਰਕ ਕੀਤਾ ਗਿਆ ਤੇ ਸਾਡੇ ਔਰ ਮੈਡਮ ਦੀ ਬੜੀ ਪ੍ਰਸ਼ੰਸਾ ਕਰੀ। ਨਹੀਂ ਦੇਖੋ ਜੇ ਕੋਈ ਸ਼ਰਾਰਤ ਕਰੂ ਰੌਲਾ ਰੱਪਾ ਪਾਊਗਾ ਫਿਰ ਸਾਰੇ ਫੜੇ ਜਾਣਗੇ, ਇਸ ਕਰਕੇ ਸ਼ਾਂਤੀ ਨਾਲ ਹੀ ਕਰਨਾ ਸੀ, ਸ਼ਾਂਤੀ ਨਾਲ ਹੋ ਗਿਆ। ਥੈਂਕ ਯੂ ਸੋ ਮਚ। ਅੱਜ ਅਸੀਂ ਪਟਾਕਿਆਂ ਦਾ ਡਰਾ ਕੀਤਾ ਹੈਗਾ ਅਤੇ ਜਿਹੜਾ ਸਾਡੇ ਵੱਲੋਂ ਸੀਗਾ ਉਹ 3 ਪਲੇਸਿਸ ਖੰਨਾ ਦੇ ਵਿੱਚ ਸੀਗੀਆਂ ਅਤੇ 1 ਜਗਰਾਉਂ ਦੇ ਵਿੱਚ, ਐਜ਼ ਪਰ ਪੁਰਾਣਾ ਜਿਹੜਾ ਸਾਡੀ ਗਾਈਡਲਾਈਨ ਸੀਗੀਆਂ। ਅਤੇ ਕਮਿਸ਼ਨਰੇਟ ਦੀ ਵੀ ਅਸੀਂ ਫੋਰ ਈਜ਼ ਐਂਡ ਸਿਮੈਟਰੀ ਸੇਮ ਡੇ 'ਤੇ ਹੀ ਕਾਲ ਕੀਤੀ ਹੈਗੀ ਹੈ, ਜਿਹਦੇ ਵਿੱਚ ਕਮਿਸ਼ਨਰ ਪੁਲਿਸ ਆਲਰੇਡੀ ਤੁਹਾਨੂੰ ਦੱਸ ਚੁੱਕੇ ਹੈਗੇ ਆ। ਸੋ ਆਈ ਹੋਪ ਕਿ ਇਹਦੇ ਵਿੱਚ ਕੁਝ ਗਾਈਡਲਾਈਨਸ ਹੈਗੀਆਂ ਜਿਹੜੀਆਂ ਇਹਨਾਂ ਨੂੰ ਦੱਸੀਆਂ ਗਈਆਂ ਨੇ, ਕਿਸ ਤਰ੍ਹਾਂ ਸੇਫਟੀ ਫੀਚਰਸ ਫੋਲੋ ਕਰਨੇ ਨੇ, ਕਿਸ ਤਰ੍ਹਾਂ ਦੇ ਪਟਾਕੇ ਅਲਾਊਡ ਹੈ, ਅਤੇ ਉਸ 'ਤੇ ਸਰਕਾਰ ਦੀ ਪੂਰੀ ਨਜ਼ਰ ਹੈ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਹਰ ਪੱਖੋਂ ਸੇਫ ਰਹੋ, ਜਿਹੜੇ ਵੇਚ ਰਹੇ ਨੇ ਉਹ ਹਰ ਸੇਫਟੀ ਫੀਚਰ ਫੋਲੋ ਕਰਨ, ਅਤੇ ਜਿਹੜੀ NGT ਐਂਡ ਇਨਵਾਇਰਮੈਂਟ ਐਂਡ ਕੋਡ ਦੀਆਂ ਡਾਇਰੈਕਸ਼ਨਸ ਨੇ ਉਸ ਨੂੰ ਪੂਰੀ ਤਰ੍ਹਾਂ ਫੋਲੋ ਕਰਨ। ਲੁਧਿਆਣਾ ਵਾਸੀਆਂ ਨੂੰ ਅਸੀਂ ਕਹਿੰਦੇ ਹਾਂ ਕਿ ਜਿੰਨਾ ਹੋ ਸਕੇ ਕਿਹੜੀ ਡੇਟਾਂ 'ਤੇ ਸਾਨੂੰ ਅਲਾਊਡ ਹੈ ਉਸ 'ਤੇ ਉਸਨੂੰ ਅਸੀਂ ਉਹ ਕਰੀਏ। ਅਤੇ ਬੱਚਿਆਂ ਰਾਹੀਂ ਹੁਣ ਬੱਚਿਆਂ ਨੂੰ ਵੀ ਇੰਨਾ ਸ਼ੌਕ ਮੈਂ ਦੇਖਦੀ ਹਾਂ ਘੱਟ ਹੋ ਗਿਆ ਹੈਗਾ, ਇਨਵਾਇਰਮੈਂਟਲਿਸਟ ਹੋ ਗਏ ਨੇ ਸਾਡੇ ਬੱਚੇ, ਬਹੁਤ ਵਧੀਆ ਗੱਲ ਹੈ।
मेरी आप दी बेटी नू बिल्कुल पसंद नहीं है तो असी नहीं पटाके चलाते एट ऑल बट दिवाली दी जिहड़ी एक जज्बा है अंधेरे नू उजागर करन दा वह जरूर असी लाइट जला के दीवे बाल के जिहड़ा हैगा अपना मनाते हैं तो लोगों नू त्यौहारां दे टाइम ते मैं पूरी पूरी मुबारकबाद दिनी हाँ तो नाल आस करदी हाँ कि दिवाली दे मौके ते वह लोड़वंद लोगों नू भी याद रखणगे तो एक दूजे नू जिहड़े आपां महंगे गिफ्ट्स दिंदे हैगे दिवाली ते वो कुछ लोड़वंदां नू भी अपनी तरफों अपने दिल दे विच कुछ पाउण कि कुछ लोड़वंदां नू जरूर दे देन। जिला प्रशासन वालों पिछले साल रेड क्रॉस विखे कुछ साढ़े ऑफनेजिस सीगियां होम सीगे उत्थे जाके कुछ जरूरत दियां चीज़ां दित्तियां गईयां सीगियां। इस प्रथा नू असी इस साल कायम रखांगे तो लोगों नू मैं यही भी कहनी हाँ कि सरस मेला चल रहा है लुधियाने विखे उत्थे साढ़े रूरल आर्टिजनस पूरे देश के आए हुए हैं जरूर उन्होंने आके सपोर्ट करो हाथ के बने हुए चीज़ां खरीदो तुसी ते लोड़वंदां नू ते आप दे दोस्त मित्रां नू आंढ गुआंढ नू जरूर दिओ। धन्यवाद।